होली वाली टी शर्ट पा ली ने पिचकारियां थोड़ी देर बस वेट करो सिर्फ अज ड्राई कलर हर्बल कलर ने ਵਾਟਰ ਕਲਰਸ ਹੁੰਦੇ ਨੇ ਉਹ ਨਹੀਂ ਆਪਾਂ ਯੂਜ਼ ਕਰ ਰਹੇ ਕਿਉਂਕਿ ਉਹਨਾਂ ਦੇ ਫਿਰ ਕੱਪੜੇ ਵੀ ਦੇ ਦਾਗ ਉਤਰਦੇ ਤੇ ਸਕਿਨ ਲਈ ਬੜੇ ਖਤਰਨਾਕ ਹੁੰਦੇ ਨੇ ਨਾ ਸਕਿਨ ਤੋਂ ਵੀ ਨਹੀਂ ਉਤਰਦੇ ਇੰਨੇ ਨੇ ਦੇਨੋ ਹਾਏ ਰੱਬਾ ਪਾਪਾ ਦਾ ਗਿਆਲ ਕਰਦਾ ਸਾਰੇ ਕਰਨ ਫਤੇ ਗਿੱਲੇ ਹੱਥ ਨਹੀਂ ਹਾਏ ਅੱਖਾਂ 'ਚ ਨਾ ਪਾ ਦਿਓ ਸੀ ਲਾਣੇ ਅੰਬਰ ਨੂੰ ਦੂਜੇ ਨਾਲ ਵੀ ਲਾਣਾ ਨਹੀਂ ਮੈਂ ਉਪਰੋਂ ਜੀ ਨਾ ਤੋਲੇ ਬੰਨੇ ਮੈਂ ਚੁਕਣੀ ਜੀ ਲੋ ਜੀ ਨਾ ਲੋ ਜੀ ਯੈਲੋ ਕਲਰ ਕਿੱਥੇ ਗਿਆ ਸਿਰ ਤੇ ਲੱਗਣੀ ਨਾ ਉਹ ਆਪਣੀ ਕੈਮਰਾਮੈਨ ਨੂੰ ਹੀ ਲਾਈ ਨਹੀਂ ਮੈਨੂੰ ਨਾ ਲਾਈ ਪਲੀਜ਼ 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 ਨੋ ਪਾਪਾ ਮੈਨੂੰ ਗਿੱਲੇ ਸਾਰੇ ਗਿੱਲੇ ਨਹੀਂ ਮੈਨੂੰ ਪਸੰਦ ਹੀ ਨਹੀਂ ਹੈਗਾ ਹੋਲੀ ਖੇਡਣਾ ਹੁਣ ਮੂੰਹ ਤੇ ਲਾਈ ਨਾ ਹੁਣ ਆਪਾਂ ਇਹਨਾਂ ਦੇ ਕਲਰਸ ਕਲਰ ਗ੍ਰੀਨ ਕਲਰ ਲਾ ਸਾਰਾ ਸਿਸਟਮ ਸਾਰੇ ਕਲਰ ਜਿਹੜੇ ਚਲੋ ਅੱਜ ਬਾਹਰ ਖੇਡਣਾ ਖੁੱਲੀ ਹੋਰ ਵੀ ਲੈ ਇੱਕ ਦੋ ਕਲਰ ਸੀ ਪਾਪਾ ਨਾ ਦਸੀ ਤੁਸੀਂ ਤੇ ਕਿਹਾ ਸੀ ਬਸ 3 ਲੈਣੇ ਨੇ ਗ੍ਰੀਨ ਯੈਲੋ ਤੇ ਬਾਬ ਥੋੜੇ ਥੋੜੇ ਜੇ ਇਹਦਾ ਖੇਡ ਲੈਣਗੇ ਆਪਾਂ ਨਹੀਂ ਜ਼ਿਆਦਾ ਲੈ ਕੇ ਆਉਂਦੇ ਹੈਗੇ ਬਾਕੀ ਇਹਨਾਂ ਨੇ ਬੈਲੂਨਸ ਕਿੱਥੇ ਨੇ ਪੂਲ ਦੇ ਉੱਪਰ ਹਾਂ ਬੈਲੂਨ ਲਿਆਓ ਫਤੇ ਬੈਲੂਨ ਐਂਬਰ ਨੂੰ ਯੈਲੋ ਲਾਓ ਇਹਨਾਂ ਨੂੰ ਕਲਰ ਕਲਰ ਨਾਲ ਖੇਡਣ ਨਾਲੋਂ ਜ਼ਿਆਦਾ ਇਹਨਾਂ ਨੂੰ ਇਹ ਦੇਖ ਅਸੀਂ ਪੂਲ ਦੇ ਵਿੱਚ ਖੇਡੀਏ ਬਸ ਮੈਂ ਵੀ ਕਦੀ ਖੇਡਦਾ ਖੁੱਲਦਾ ਨਹੀਂ ਹੁੰਦਾ ਬਟੇ ਬੱਚਿਆਂ ਕਰਕੇ ਫਿਰ ਅੱਜ ਅਸੀਂ ਕਰ ਰਹੇ ਐਂਬਰ ਆਓ ਯੈਲੋ ਕਲਰ ਲਾਓ ਨਾ ਵਿੱਚ ਪਾਪਾ ਜੀ ਐਂਬਰ ਨੂੰ ਪਿੱਛੇ ਡੰਗ ਉਹ ਪਾ ਦਿਓ ਮੈਂ ਤਾਂ ਕਹਿੰਦੀ ਬਾਹਰ ਆਓ ਇੱਥੇ ਨਾ ਵੀਡੀਓ ਵੀ ਕਲੀਅਰ ਨਹੀਂ ਆਉਂਦੀ ਵੀ ਮੇਰੇ ਮੇਰੇ ਚ ਲੱਗ ਰਹੀ ਹੈ ਪਲੀਜ਼ ਲਾ ਦੋ ਥੋੜਾ ਜਿਹਾ ਪਲੀਜ਼ ਮੈਨੂੰ ਨਹੀਂ ਲਾਣਾ ਸੀਰਤ ਚਲੋ ਆਜੋ ਬਾਹਰ ਬਾਹਰ ਖੇਡੋ ਗੁੱਲੇ ਦੇ ਵਿੱਚ ਇੱਥੇ ਸਾਰਾ ਦੇਖੋ ਫਰੈਂਡਸ ਚਿੱਕੜ ਚਿੱਕੜ ਕਰ ਦਿੱਤਾ ਇਹਨਾਂ ਨੇ ਕੋਰਸ ਦੇ ਵਿੱਚ ਉਹ ਵੇਖੋ ਇਹਨਾਂ ਨੇ ਸਨੈਪੀ ਦੀ ਵੀ ਹੋਲੀ ਮਨਾ ਦਿੱਤੀ ਹੈ ਸਿਰਫ ਨਾ ਉਹਦੇ ਵਾਲਾਂ ਨੂੰ ਕਲਰ ਨਹੀਂ ਜਾਣਾ ਚਾਦਰ ਲਾਣਾ ਬੇਟਾ ਉਹ ਚੀਨੀ ਸੀਨੀ ਸਾਡੇ ਸਨੈਪੀ ਦਾ ਬਾਹਰ ਉਹ ਟੁੱਟ ਗਿਆ ਗੱਡੀ ਦੇ ਟਾਇਰ ਥੱਲੇ ਆ ਕੇ ਮੈਂ ਸਨੈਪੀ ਦਾ ਬਾਊਲ ਗੱਡੀ ਦੇ ਟਾਇਰ ਥੱਲੇ ਆ ਗਿਆ ਹੋਲੀ ਹੈ ਹੈਪੀ ਹੋਲੀ ਗਾਇਸ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਵਧਾਈਆਂ ਸੇਫ ਹੋਲੀ ਖੇਡਿਆ ਜੇ ਸਾਰੇ ਕੋਈ ਵੀ ਹੁੜਦੰਗ ਨਾ ਕਰੋ ਤੇ ਜਿਹੜੇ ਖਤਰਨਾਕ ਰੰਗ ਨੇ ਉਹਨਾਂ ਤੋਂ ਜ਼ਰੂਰ ਬਚੋ ਪਹਿਲਾਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਹੋਲੀ ਖੇਡਦੇ ਹਾਂ ਕਈ ਲੋਕ ਟੋਕੇ ਦੇ ਉਹ ਕਾਲਾ ਤੇਲ ਕੱਢ ਕੇ ਉਹ ਦੂਜੇ ਸੱਟਣਾ ਕਰਦਾ ਨਹੀਂ ਕਈ ਸਾਡੇ ਹਰਿਆਣੇ ਦੇ ਘਰ ਗੋਇਆ ਗਾਇਆ ਵੀ ਚੱਲਦਾ ਕਈ ਏਰੀਆ ਜਿਹੜਾ ਗੋਇਆ ਨਾਲੀਆਂ 'ਚ ਗੰਦਾ ਪਾਣੀ ਗੋਇਆ ਮੈਂ ਨਹੀਂ ਕਦੀ ਖੇਡੀ ਕਰਦੇ ਨੇ ਗੜਬੜ ਲੋਕ ਐਂਬਰ ਇੱਧਰ ਆਓ ਐਂਬਰ ਉਰ ਆਓ ਐਂਬਰ ਐਂਬਰ ਇੱਧਰ ਵੇਖੋ ਮੈਂ ਫੋਟੋ ਲੈ ਰਹੀ ਹਾਂ ਤੇਰੀ ਲੈ ਲੈ ਖੁਦੇ ਆਪਣੀ ਪਛਕਾਰੀ ਪਰਾਂ ਕਰ ਇਹ ਐਦਾਂ ਹੀ ਹੁੰਦੇ ਨੇ ਉਹੋ ਸਿਰੋ ਨਾ ਥੋੜੀ ਸਲੋ ਕਰੋ ਨਹੀਂ ਨਹੀਂ ਸਲੋ ਨਾ ਕਿਵੇਂ ਭਰੀਣਗੇ ਪ੍ਰੈਸ਼ਰ ਨਾਲ ਤੇ ਭਰੇ ਜਾਣਗੇ ਸਿੱਧ ਰੁਕ ਜਾ ਬੱਚੀ ਮੈਨੂੰ ਕੰਮ ਕਰ ਲੈ ਮੈਨੂੰ ਪਹਿਲਾਂ ਯਾਦ ਕਰਦੇ ਲੱਗੇ ਤੁਸੀਂ ਸਾਰੇ ਕਰਦਾ ਚਲੋ ਕੋਈ ਨਾ ਛੇੜਦਾ ਨਹੀਂ ਜੀ ਕਰਦਾ ਹਾਲ ਹਨਾ ਫਿਰ ਐਂਬਰ ਆਪਣੇ ਦਿਖਾ ਦੇ ਨਾ ਤੇਰੇ ਤੇ ਨਹੀਂ ਓਏ ਐਂਬਰ ਦਾ ਕੀ ਹਾਲ ਕਰਦਾ ਮੇਰੀ ਐਂਬਰ ਦਾ ਚਲੀ ਚੋ ਜੀ ਫੂਲ ਦੀਵਾਰੀ ਇਹਦਾ ਸਿਸਟਮ ਤਾਂ ਵਧੀਆ ਫਾਇਦਾ ਸਾਰੇ ਬਲੂਨ ਆਪਣੇ ਭਰ ਭਰ ਕੇ ਤੇ ਆਪਣੇ ਵੀ ਗੰਡਾ ਜੀ ਵੱਜ ਗਏ ਤੇ ਵਿੱਚ ਦੇਖ ਜਾਣੇ ਸਾਪ ਨੇ ਹੋਲੀ ਖੇਡ ਕੇ ਰੱਜ ਚੁੱਕੇ ਨੇ ਐਨੀ ਟਾਈਮ ਜੀ ਥੱਕ ਗਏ ਨੇ ਤੇ ਹੁਣ ਕਹਿੰਦੇ ਨੇ ਬਸ ਅਸੀਂ ਹੁਣ ਪੂਲ 'ਚ ਵੜਨਾ ਹੁਣ 1 ਬਾਏ 1 ਜੰਪ ਕਰਦੇ ਰਹੋ
ਵੈਸੇ ਨਾ ਇੱਕ ਵਾਰੀ ਬਾਹਰ ਧੋ ਲੈਂਦੇ ਨਾ ਵੇਖਿਓ ਭੂਲ ਦੇ ਵਿੱਚ ਬਸ ਮੇਰੇ ਉੱਤੇ ਨਾ ਪੈ ਜਾਵੇ ਅੰਦਰ ਅੰਦਰ ਪੂਲ ਜੀ ਮੈਨੂੰ ਨੀ ਪਿਉਣਾ ਯਾਰ ਤੇ ਤਾਂ ਪਾਪਾ ਨਾ ਪਿਓ ਬੇਟਾ ਠੰਡਾ ਮੌਸਮ ਠੀਕ ਹੈ ਜਲਦੀ ਬਾਹਰ ਨਿਕਲੋ ਸਿਰ ਸੁਣ ਲਈ ਗੱਲ ਬਸ 5 ਮਿੰਟ ਹੋਰ ਉੱਪਰ ਰੱਖ ਦਿਓ ਸਿਰ ਤੇ ਗੱਲ ਸੁਣਦੀ ਰਹਿ ਮੇਰੀ 5 ਮਿੰਟ ਹੋਰ ਨੇ ਬਸ ਓਕੇ ਪਤਾ ਸੁਣ ਲਈ ਗੱਲ ਮੈਂ ਹਜੇ ਨਹੀਂ ਨਹਾਤਾ ਮੇਰਾ ਤੇ ਰੰਗ ਨਾਲ ਬੁਰਾ ਹਾਲ ਮੇਰੇ ਫਰੈਂਡਸ ਨੇ ਕਰ ਦਿੱਤਾ ਆਪਣਾ ਬੁਰਾ ਹਾਲ ਹਜੇ ਕਰਨਗੇ ਦੁਬਾਰਾ ਉਹ ਕਹਿੰਦੇ ਸੀ ਨਹਾਉਣਾ ਨਹੀਂ ਇੱਧਰ ਆਜ ਹੋਲੀ ਕੰਪਲੈਕਸ ਮੇ ਬਣੇਗੀ ਕਰਾਰੀ ਟਿੱਕੀਆਂ ਪਾਪਾ ਜੀ ਪਹਿਲੇ ਮੈਨੂੰ ਨਹੀਂ ਲੱਗ ਗਿਆ ਸੁਣੋ ਹੁਣ ਮੈਂ ਬਾਅਦ ਚ ਲੱਗੂ ਤੇਰਾ ਕੋਈ ਕੰਮ ਬੱਚਿਆਂ ਦਾ ਕੋਈ ਕੰਮ ਨਹੀਂ ਉਧਰ ਰੈਸਲਿੰਗ ਚੱਲ ਰਹੀ ਡੈਡੀ ਵੇਖ ਰਿਹਾ ਰੈਸਲਿੰਗ ਬਣਾਇਆ ਤੇ ਹੁਣ ਕਿਤੇ ਨਹੀਂ ਜਾਣਾ ਹੈ ਕ੍ਰਿਸਪੀ ਟਿੱਕੀਆਂ ਦੀ ਰੈਸਪੀ ਸਾਡੇ ਕੁਕਿੰਗ ਚੈਨਲ ਤੇ ਮਨਿੰਦਰ ਵਾਲੇ ਤੇ ਹੈ ਹੀ ਹੈ ਸੋ ਤੁਸੀਂ ਇੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਪਨੀਰ ਦੀਆਂ ਟਿੱਕੀਆਂ ਬਣਾ ਰਹੇ ਆ ਉਹਦੇ ਬਣਾ ਰਹੀ ਪਨੀਰ ਦੀ ਰੈਸਿਪੀ ਪਨੀਰ ਵਿੱਚ ਦਾਲ ਛੋਲੇ ਦਾਲ ਮੂੰਗ ਦਾਲ ਸੌਰੀ ਮੂੰਗ ਦਾਲ ਮੂੰਗੀ ਦੀ ਦਾਲ ਬੇਟਾ ਮੂੰਗੀ ਜੱਟ ਪਤੇ ਦਾ ਨਾਮ ਹੈ ਮੂੰਗੀ ਜੱਟ ਮੂੰਗੀ ਦਾਲ ਬੜੀ ਖਾਂਦਾ ਹੈ ਹੁਣ ਜਦੋਂ ਟਿੱਕੀਆਂ ਆਉਣਗੀਆਂ ਫਰਾਈ ਤੇ ਫਿਰ ਤੁਹਾਨੂੰ ਖਾਵਾਂਗੇ ਖਾਵਾਂਗੇ ਮੌਜ ਮਸਤੀ ਹੋਲੀ ਅੱਜ ਤਿਆਰ ਹੈ ਤੇ ਮਸਤੀ ਦਾ ਟਾਈਮ ਹੈ ਪੂਰਾ ਬੱਚਿਆਂ ਦੇ ਐਗਜ਼ਾਮ ਹੋ ਗਏ ਫਰੀ ਇੰਜੋਏ ਕਰ ਰਹੇ ਨੇ ਬੱਚੇ ਵੀ ਪੂਰਾ ਅੱਜ ਟਿੱਕੀਆਂ ਨੇ ਰੇੜੀ ਖਾਣ ਵਾਲੇ ਕੱਢੀ ਜਾਂਦੇ ਨੇ ਕੜਾਕੇ ਮਜ਼ਾ ਆ ਰਿਹਾ ਕਿੱਦਾਂ ਫਿਰ ਬਤੇ ਟੇਸਟੀ ਮਜ਼ੇ 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 ਹਾਏ ਹਾਏ ਮਜ਼ੇ ਸਾਰਿਆਂ ਨੂੰ ਟਿੱਕੀਆਂ ਪਸੰਦ ਨੇ ਬਾਕੀ ਕਮੈਂਟਰ ਤੋਂ ਪਤਾ ਲੱਗ ਜਾਏਗਾ ਕਿਹਨੂੰ ਕਿਹਨੂੰ ਟਿੱਕੀਆਂ ਪਸੰਦ ਨੇ ਸੀਰਤ ਤੇ ਉਂਗਲਾਂ ਵੀ ਚੱਟਣ ਲੱਗ ਗਈ ਹੈ ਵੇਖੀ ਜਾਂਦੇ ਸੀ ਪੁਰਾਣੀ ਰੈਸਲ ਮੇਨੀਆ ਤੁਹਾਡੇ ਸ਼ੈਫ ਲੱਗੇ ਹੋਏ ਨੇ ਮਾਸਟਰ ਸ਼ੈਫ ਸਾਡੇ ਅਮਿਤ ਉਹ ਜਿਵੇਂ ਇੱਥੋਂ ਰੋਣ ਲੱਗ ਗਿਆ ਸੁੱਤਾ ਉੱਠਿਆ ਕੋਈ ਗੱਲ ਚੁੱਪ ਟਿੱਕੀ ਖਵਾ ਦੇ ਮੰਮੀ ਕ੍ਰਿਸਪੀ ਕ੍ਰਿਸਪੀ ਜੀ ਜਲਦੀ ਐਂਬਰ ਟਿੱਕੀ ਖਾਣੀ ਉਹ ਨਹੀਂ ਟਿੱਕੀ ਨਹੀਂ ਖਾਣੀ ਆਹ ਕੀ ਹੈ ਛਾਈ ਛਾਈ ਮੰਮਾ ਗੁੱਟੇ ਉਹ ਉਹਦੇ ਵਿੱਚ ਪਾ ਲਓ Falling on the floor.
ਅਸੀਂ ਸ਼ਾਮ ਨੂੰ ਥੋੜੇ ਜਿਹਾ ਵਿਹਲੇ ਸੀ ਆਏ ਆ ਘੁੰਮਣ ਆਪਣੇ ਜੰਗਲੇ ਤੇ ਮੋਰ ਵੇਖੋ ਕਿੱਦਾਂ ਹਾ ਕੀ ਬਾਤ ਹੈ ਕੀ ਬਾਤ ਹੈ ਬੜੇ ਸਾਰੇ ਨੇ ਇੱਥੇ ਮੋਰ ਹੀ ਮੋਰ ਮਾੜਾ ਜਿਹਾ ਘੁੰਮਣ ਆਏ ਆ ਨਾਲੇ ਕਰਾਂਗੇ ਕੁਛ ਇੱਕ ਦੋ ਰੀਲ ਦੀ ਸ਼ੂਟਿੰਗ ਮੋਰਾਂ ਦਾ ਹੁਣ ਸ਼ਾਮ ਨੂੰ ਟਾਈਮ ਹੁੰਦਾ ਇੱਥੇ ਬਹੁਤ ਜ਼ਿਆਦਾ ਆ ਜਾਂਦੇ ਆ ਜੰਗਲ ਇੱਥੇ ਭਰਿਆ ਪਿਆ ਮੋਰਾਂ ਦੇ ਨਾਲ ਹੁਣ ਸਾਨੂੰ ਵੇਖ ਕੇ ਭੱਜਣ ਲੱਗ ਗਏ ਡਰ ਜਾਂਦੇ ਨੇ ਵੀ ਕਿਤੇ ਬੰਦੇ ਪੈ ਨਾ ਜਾਣ ਫਤਿਹ ਉਹਨਾਂ ਫਤਿਹ ਹਰੀ ਆ ਗਏ ਨੇ ਵੀ ਕਿਤੇ ਕੰਮ ਨਾ ਚੱਕ ਦੇਣ ਹੈ ਡਰ ਕੇ ਭੱਜਣਾ ਹੀ ਸੀ ਉਹਨਾਂ ਨੇ ਹੁਣ ਉਹ ਜੰਗਲ 'ਚ ਪਰਾਂ ਵਾਲਾ ਇੱਥੇ ਹੁਣ ਸ਼ਾਮੀ ਨਿਕਲਣਗੇ ਨਾ ਇੱਧਰ ਵਾਲੇ ਜੰਗਲ 'ਚੋਂ ਇੱਧਰ ਸਾਈਡ ਤੋਂ ਨਿਕਲ ਕੇ ਇੱਧਰ ਨੂੰ ਜਾਣਾ ਉਹਨਾਂ ਨੇ ਬੜੇ ਆਉਣੇ ਨੇ ਉਹ ਸਾਹਮਣੇ ਪੇਡਾ ਇਹਦੇ 'ਤੇ ਵੀ ਬੜੇ ਹੁੰਦੇ ਨੇ ਲੋ ਫਰੈਂਡਸ ਅਸੀਂ ਹੁਣ ਆ ਚੁੱਕੇ ਹਾਂ ਵੀਡੀਓ ਸ਼ੂਟ ਕਰਨ ਦੇ ਲਈ ਗਾਣਾ ਬੰਦ ਕਰੋ ਵੀ ਕਾਪੀਰਾਈਟ ਆ ਜੇ ਸੋ ਫਰੈਂਡਸ ਪਹਿਲਾਂ ਤਾਂ ਕਮੈਂਟ ਕਰਕੇ ਦੱਸੋ ਸਾਡੇ ਸੂਟ ਦੋਨਾਂ ਦੇ ਕਿੱਦਾਂ ਦੇ ਲੱਗ ਰਹੇ ਨੇ ਕਿਹਨੇ ਭੇਜੇ ਨੇ ਨੀਲੇ ਰੰਗ ਦੇ ਨੀਲੇ ਰੰਗ ਦੇ ਲੱਗ ਰਹੇ ਨੇ ਹਾਂ ਸਿਮਰ ਬੁਟੀਕ ਨੇ ਸਾਨੂੰ ਸੂਟ ਸੈਂਡ ਕੀਤੇ ਨੇ ਗਾਈਸ ਕਿਹਨੇ ਦੇ ਲੱਗ ਰਹੇ ਨੀਲੇ ਰੰਗ ਦੇ ਲੱਗ ਰਹੇ ਨੇ ਮੈਨੂੰ ਨੀਲੇ ਲੱਗ ਰਹੇ ਨੇ ਅਸੀਂ ਨੰਬਰ ਮੈਂਸ਼ਨ ਕਰ ਦਾਂਗੇ ਜਿਨ੍ਹਾਂ ਨੇ ਬਣਵਾਣੇ ਹੋਏ ਤਾਂ ਕਾਟਨ ਦੇ ਸੂਟ ਨੇ ਬਹੁਤ ਹੀ ਸੋਹਣੇ ਪ੍ਰਿੰਟ ਸਮਰਸ ਵਾਸਤੇ ਕਾਫੀ ਅੱਛੇ ਨੇ ਵਿਦ ਦੁਪੱਟਾ ਨਾਲ ਹੀ ਮਤਲਬ ਸੂਟਾਂ ਦੇ ਨਾਲ ਹੀ ਦੁਪੱਟਾ ਆਏ ਹੋਏ ਨੇ ਬਰਡਸ ਦੀ ਆਵਾਜ਼ ਸੁਣੋ ਪਿੱਛੇ ਕਿੰਨੀ ਸੋਹਣੀ ਹੈ ਮੇਰੀ ਸੁਣ ਲਓ ਮੇਰੀ ਸੁਣ ਲਓ ਮੰਮਾ ਜੀ ਹਾਂਜੀ ਮੈਂ ਕਲੈਕਸ਼ਨ ਨਿਕਲ ਹੁੰਦੀ ਹੈ ਅੱਲੇ ਕਲੈਕਸ਼ਨ ਚੱਲਣ ਦੀ ਸੁਣੀ ਫਿਰ ਦੱਸਣਾ ਸੀ ਸਿਮਰ ਬੁਟੀਕ ਨੇ ਸਾਨੂੰ ਇਹ ਸੂਟ ਸੈਂਡ ਕੀਤੇ ਨੇ ਤੇ ਤੁਸੀਂ ਵੀ ਬਣਵਾਣੇ ਹੋਏ ਤੇ ਕੰਟੈਕਟ ਕਰਕੇ ਬਣਵਾ ਲਿਓ ਹੁਣ ਅਸੀਂ ਰੀਲਸ ਬਣਾਉਣ ਲੱਗੇ ਆ ਠੀਕ ਹੈ ਹਾਂਜੀ ਮਾਸ਼ਾ ਅੱਲਾ ਕਰਨ ਦਿਓ ਠੀਕ ਲੱਗ ਰਹੀ ਹੈ ਚਲੋ 1 ਪਿੱਛੇ ਲੋ 1 ਛੇਣੀ 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 ਇੱਕ ਸਕਿੰਟ ਹਾਂ ਗੱਲ ਤਾਂ ਸ਼ਿਵਨੀ ਮਰਾੜੀ 1 ਬੜੇ ਦਿਨ ਬਾਅਦ ਅਸੀਂ ਤੁਹਾਨੂੰ ਇੱਕ ਅੱਜ ਰੀਡਲ ਪੁੱਛਾਂਗੇ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਿਹਾ ਤੇ ਉਹ ਪਿਕਚਰਸ ਨੂੰ ਤੁਸੀਂ ਜੋੜ ਕੇ ਇਮੋਜੀਸ ਜੋ ਵੀ ਨੇ ਪਿਕਚਰਸ ਨੇ ਉਹਨਾਂ ਨੂੰ ਜੋੜ ਕੇ ਤੁਸੀਂ ਦੱਸਣਾ ਕਿ ਇੱਕ ਫੋਨ ਕੰਪਨੀ ਦਾ ਨਾਮ ਹੈ ਤੇ ਤੁਸੀਂ ਸੋਚ ਸਮਝ ਕੇ ਉਹਦਾ ਜਵਾਬ ਦੇਣਾ ਹੈ ਤੇ ਸਾਰਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਆ ਕਿਹੜੀ ਫੋਨ ਕੰਪਨੀ ਹੈ ਜਿਹੜੀ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਹੀ ਹੈ ਫਟਾਫਟ ਕਰ ਦਿਓ ਕਮੈਂਟ ਗਾਈਜ਼ ਤੇ ਇਹ ਵੀ ਜ਼ਰੂਰ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿੱਦਾਂ ਦਾ ਲੱਗਿਆ ਤੇ ਫਰੈਂਡਸ ਅਸੀਂ ਆਪਣਾ ਵਲੌਗ ਇੱਥੇ ਐਂਡ ਕਰਨ ਲੱਗੇ ਹਾਂ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਚ ਸਾਡੇ ਵਲੌਗ ਨੂੰ ਕਰ ਦਿਓ ਫਟਾਫਟ ਲਾਈਕ ਐਂਡ ਕਮੈਂਟ ਆਪਣੇ ਰਿਵਿਊ ਕਮੈਂਟ ਵਿੱਚ ਜ਼ਰੂਰ ਦਿਓ ਐਂਡ ਮਿਲਦੇ ਹਾਂ ਨੈਕਸਟ ਵੀਡੀਓ ਚ ਟਿਲ ਦੈਨ ਬਾਏ ਬਾਏ ਗੁੱਡ ਨਾਈਟ ਟੇਕ ਕੇ ਗਾਈਜ਼ ਹੈਪੀ ਹੋਲੀ ਵਾਂਸ ਅਗੇਨ ਹੈਪੀ ਹੋਲੀ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਬਾਏ ਬਾਏ ਬਾਏ